हेलो स्टूडेंट्स, की हाल चाल ने सारे दा। आज आप एक क्लास लेके आए हैं जिंदे विच आप टेबल ऑफ रूट्स स्केयर रूट्स की गल करांगे, जो 1 तो लेके 50 तक होगी। यह की है भी जेडे स्केयर होंगे है, स्केयर का सानू पता होना चाहिए भी किस तरीके दे नाल असी जल्दी तो जल्दी कोई गुना भी हो सकती है, साड़ी जल्दी तो जल्दी असी भाग नूं हल कर सकते हैं। जेकर सानू एक तो लैके 50 तक स्केयर बनाने आंदे होंगे याद होंगे तो असी कोई भी पेपर है जिहड़ा जिंदे विच साडे कोले मैथ दे सम आउंदे आ ते साडे कोले टाइमिंग घट हुंदी आ ओह टाइमिंग नूं असी जल्दी कवर कर सकते हैं। अज मैं तुहानूं एक तो लैके 50 तक जिहड़े टेबल है स्केयर्स दे ਉਹ ਦੱਸੂਗਾ ਤੇ ਤੁਸੀਂ ਇਸ ਵੀਡੀਓ ਨੂੰ ਵੇਖ ਕੇ ਉਹਨੂੰ ਯਾਦ ਕਰ ਸਕਦੇ ਹੋ। ਕਈ ਵਾਰੀ ਇਹ ਹੁੰਦਾ ਗਾ ਵੀ ਕਈ ਵਾਰੀ ਬੱਚੇ ਆ ਜਿਹੜੇ ਉਹ ਕਿਤਾਬ ਤੋਂ ਦੇਖ ਕੇ ਉਹਨਾਂ ਨੂੰ ਘੱਟ ਯਾਦ ਹੁੰਦਾ, ਪਰ ਵੀਡੀਓ ਨੂੰ ਦੇਖ ਕੇ ਤੇ ਉਹਨੂੰ ਕੰਨਾਂ ਦੇ ਨਾਲ ਹੈੱਡਫੋਨ ਦੇ ਨਾਲ ਸੁਣ ਕੇ ਉਹਨਾਂ ਨੂੰ ਜ਼ਿਆਦਾ ਯਾਦ ਹੁੰਦਾ। ਤਾਂ ਉਸ ਤਰੀਕੇ ਦੇ ਨਾਲ ਇਹ ਸਕੇਅਰ ਰੂਟਸ ਆ ਜਿਹੜੇ ਉਹ ਆਪਾਂ ਯਾਦ ਕਰ ਸਕਦੇ ਹਾਂ। ਸਕੇਅਰ ਰੂਟਸ ਕਿਵੇਂ ਆ, ਜਿਵੇਂ ਮੰਨ ਲਓ ਆਪਾਂ 1 ਦੇ ਸਕੇਅਰ ਦੀ ਗੱਲ ਕਰੀਏ 1 ਆਏਗਾ, 2 ਦੀ ਸਕੇਅਰ ਦੀ ਗੱਲ ਕਰੀਏ 2 ਦੂਣੀ 4 ਹੋ ਗਿਆ, 3 ਦੀ ਸਕੇਅਰ ਦੀ ਗੱਲ ਕਰੀਏ 3 3 9 ਹੋ ਗਿਆ, 4 ਦੀ ਸਕੇਅਰ 4 4 16 ਹੋ ਗਿਆ, 5 ਦੀ ਸਕੇਅਰ 5 5 25 ਹੋ ਗਿਆ, 6 ਦੀ ਸਕੇਅਰ 6 6 36 ਹੋ ਗਿਆ, 7 ਦੀ ਸਕੇਅਰ 7 7 49 ਹੋ ਗਿਆ, 8 ਦੀ ਸਕੇਅਰ 8 8 64 ਹੋ ਗਿਆ, 9 ਦੀ ਸਕੇਅਰ 99 81 ਹੋ ਗਿਆ, 10 ਦਾ ਸਕੇਅਰ 100 ਹੋ ਜਾਂਦਾ ਹੈ, 11 ਦੀ ਸਕੇਅਰ 121 ਹੋ ਜਾਂਦਾ ਹੈ, 12 ਦੀ ਸਕੇਅਰ 144 ਹੋ ਜਾਂਦਾ, 13 ਦੀ ਸਕੇਅਰ 169, 14 ਦੀ ਸਕੇਅਰ 14 ਦੀ ਸਕੇਅਰ 196, 15 ਦੀ ਸਕੇਅਰ 225, 16 ਦੀ ਸਕੇਅਰ 256, 17 ਦੀ ਸਕੇਅਰ 299, 18 ਦੀ ਸਕੇਅਰ 324, 19 ਦੀ ਸਕੇਅਰ 361, 20 ਦੀ ਸਕੇਅਰ 400, 21 ਦੀ ਸਕੇਅਰ 441, 22 ਦੀ ਸਕੇਅਰ 484, 22 ਦੀ ਸਕੇਅਰ 484, 23 ਦੀ ਸਕੇਅਰ 529, 24 ਦੀ ਸਕੇਅਰ 576, 25 ਦੀ ਸਕੇਅਰ 625, 26 ਦੀ ਸਕੇਅਰ 676, 27 ਦੀ ਸਕੇਅਰ 729। ਠੀਕ ਹੈ ਜੀ, ਇਸ ਤਰੀਕੇ ਦੇ ਨਾਲ ਇਹ ਬੰਦੇ ਆ। 28 ਦੀ ਸਕੇਅਰ 784, 29 ਦੀ ਸਕੇਅਰ 841, 30 ਦੀ ਸਕੇਅਰ 900, 31 ਦੀ ਸਕੇਅਰ 961, 32 ਦੀ ਸਕੇਅਰ 1024, 33 ਦੀ ਸਕੇਅਰ 1099, 34 ਦੀ ਸਕੇਅਰ 1156, 35 ਦੀ ਸਕੇਅਰ 50, 35 ਦੀ ਸਕੇਅਰ 5525, 3 3 4 4 3 12, 1225, 36 ਦੀ ਸਕੇਅਰ 1296, 37 ਦੀ ਸਕੇਅਰ 1369, 30 ਦੀ ਸਕੇਅਰ 1444, 39 ਦੀ ਸਕੇਅਰ 1521, 40 ਦੀ ਸਕੇਅਰ 1600, 41 ਦੀ ਸਕੇਅਰ 1681, 42 ਦੀ ਸਕੇਅਰ 1764, 43 ਦੀ ਸਕੇਅਰ 1849, 44 ਦੀ ਸਕੇਅਰ 1936, 45 ਦੀ ਸਕੇਅਰ 5 5 25 4 5 5 2000,
25, 46 दी स्केयर 2116, 47 दी स्केयर 2209। ठीक है जी, इस तरह से 47 दी स्केयर तक कर सकते हैं, 48 दी स्केयर 2304, 49 दी स्केयर 2401, 50 दी स्केयर 2500। ਇਹ ਜਿਹੜੀਆਂ ਸੰਖਿਆਵਾਂ ਹਨ ਬੇਟੇ, ਇਹਨਾਂ ਸੰਖਿਆਵਾਂ ਨੂੰ ਅਸੀਂ ਯਾਦ ਕਰ ਸਕਦੇ ਹਾਂ। ਜੇਕਰ ਇਹਨਾਂ ਸੰਖਿਆਵਾਂ ਨੂੰ ਅਸੀਂ ਯਾਦ ਕਰਦੇ ਹਾਂ ਤਾਂ ਸਾਡੇ ਲਈ ਕੰਪੀਟੀਸ਼ਨ ਇਗਜ਼ਾਮ ਦੇ ਵਿੱਚ ਪੇਪਰ ਨੂੰ ਹੱਲ ਕਰਨਾ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ। ਜੇਕਰ ਬੇਟੇ ਤੁਹਾਨੂੰ ਇਹ ਸਕੇਅਰ ਰੂਟਸ ਵਧੀਆ ਲੱਗੇ ਹੋਣ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। एक ट्रिक दसदा छोटी जी, जिमें 35 है, 35 नूं असीं 35 नाल मल्टीप्लाई करना है तां आपां नूं सौखे तरीके दे नाल कर सकदे हां। 5 5 25, आ जिहड़ा 3 है इहदे विच इक जोड़ दो, इह बन जाएगा 4। 4 नूं जदों 3 नाल गुणा करांगे तां 12, 4 3 12, 1225 बन जाएगा। जिमें मान लो तुसीं 75 नूं 75 नाल गुणा करना है तां 5 5 25 बन गया, 7 2 8 बन गया, 8 7 56 बन गया। इस तरीके दे नाल असीं आसान जी गुणा भी कर सकते हैं। मान लो 85 नूं 85 नाल गुणा करनी है, 5 5 25, 8 3 9 9 8 72। इस तरीके दे नाल भी इस नूं गुणा नूं हल कीता जा सकदा। अज लई इन्ना ही बेटे, कल ਆਪਾਂ ਕਿਊਬ ਰੂਟਸ ਦੇ ਮਤਲਬ ਕਿ ਤੁਹਾਨੂੰ ਦੱਸਾਂਗੇ ਕਿਊਬ ਰੂਟਸ ਦੀ ਰਕਮ ਕਿੰਨੀ ਬਣਦੀ ਹੈ। ਅਤੇ ਜੇਕਰ ਤੁਹਾਨੂੰ ਇਹ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅੱਜ ਲਈ ਇੰਨਾ ਹੀ, ਓਕੇ ਬਾਏ।